ਸਤਿ ਸ਼੍ਰੀ ਅਕਾਲ ਸੱਜਣਾ ਅੱਜ ਦਾ ਵਲੋਗ ਐਡ ਕਰਦੇ ਆਂ ਜੀ ਮੈਂ ਅਸਮੇਂ ਹੀ ਲਾਹੌਰ ਆਣਾ ਸੀ ਮੈਂ ਅਸਮੇਂ ਚੱਲਿਆ ਯਾਰ ਪੈਸੇ ਕਢਾ ਲਏ ATM ਚ ਮੈਂ ਅਸਮੇਂ ਨੂੰ ਕਾਰਡ ਦਿੱਤਾ ਮੈਂ ਤੂੰ ਪੈਸੇ ਕਢਾ ਲ ਮੈਂ ਤੇਰੀ ਵੀਡੀਓ ਬਣਾਉਂਦਾ ਵਲੋਗ ਚ ਐਡ ਕਰਾਂਗੇ ਤੇ ਅਸਮੇਂ ਪੈਸੇ ਕਢਾ ਲਈ 3000 ਰੁਪਏ ਕਢਾਏ ਤੇ ਮੈਂ ਚਲੋ ਟਿਕਟਾਕ ਜਾ ਕੇ ਪੈਸੇ ਮੰਗਦੇ ਨੇ ਉੱਥੇ ਆ ਬਾਕੀ ਉੱਥੇ ਹੀ ਕਢਾ ਲਾਂਗੇ ਅਸੀਂ ਵਾਪਸ ਮੈਂ ਚੱਲਿਆ ਯਾਰ ਅਸਮੇਂ ਫਰੂਦਾ ਖਾ ਲਈ ਫਰੂਦਾ ਬੜਾ ਮਜ਼ੇਦਾਰ ਆ ਇਹ ਸਾਡੇ ਚੌਕ ਭਾਰੇ ਵਿੱਚ ਬੜਾ ਮਸ਼ਹੂਰ ਤੇ ਫਲੂਦੇ ਵਾਲਾ ਗੂੰਗਾ ਗੂੰਗਾ ਫਲੂਦੇ ਵਾਲਾ ਬਸਤੇ ਵਿੱਚ ਬੈਗਿੰਗ ਬਸ ਵੀ ਇਸੇ ਲੱਗਿਆ ਲੇਕਿਨ ਰਾਸ਼ੀ ਬਹੁਤ ਸੀਗਾ 37 38 ਨੰਬਰ ਤੋਂ ਸੀਟ ਮਿਲੀ ਹੈ ਮੈਂ ਚਲੋ ਯਾਰ ਜਾਣਾ ਥੈ ਹੀ ਹੈ ਫਿਰ ਬਹਿ ਜਾਂਨੇ ਆ ਇਸ ਤੋਂ ਬਾਅਦ ਬਸ ਕੁਝ ਥੇੜ ਰਵਾਨਾ ਹੋਈ ਸੀ ਫਿਰ ਜ਼ਿਲ੍ਹਾ ਭਾਵਨਗਰ ਪਹੁੰਚ ਗਏ ਸੀ ਅਸੀਂ ਬੇਸਿਕਲੀ ਹੁਣ ਬਾਦਦੇ ਆ ਤੇ 40 ਕਿਲੋਮੀਟਰ ਤੋਂ ਵਗਰ ਭਾਵਨਗਰ ਪਹੁੰਚੇ ਆ ਦੇਖੋ ਤੁਹਾਨੂੰ ਭਾਵਨਗਰ ਦਾ ਐਡ ਕੈਮਰੇ ਚੋ ਲੈ ਲੀਏ ਅਸੀਂ ਭਾਵਨਗਰ ਦਰਿਆ ਦੇ ਕੋਲੇ ਪਹੁੰਚ ਗਏ ਆ ਜੀ ਆ ਉੱਤੇ ਕੋਲਾ ਦਰਿਆ ਦਾ ਤੇ ਆ ਦੇਖੋ ਜੀ ਦਰਿਆ ਬਹੁਤ ਪਾਣੀ ਆਇਆ ਪਿਆ ਇੰਡੀਆ ਨੇ ਪਰ ਪਾਣੀ ਛਾ ਹਿੰਦਿਆ ਨੇ ਪਰ ਪਾਣੀ ਛੱਡਤਾ ਇਸ ਵੇਦੋ ਫਲੱਡ ਆਇਆ ਪਿਆ ਦੇਖੋ ਜੀ ਤੇ ਮਕਾਮ ਕੋ ਡੁੱਬੇ ਪੈਨ ਸਲਾਬ ਆਇਆ ਪਿਆ ਲੇਕਿਨ ਅੱਲਾ ਖੈਰ ਕਰੇ ਮੈਨੂੰ ਪਿਆਸ ਲੱਗੀ ਮੈਂ ਸਟ੍ਰਿੰਗ ਬੋਤਲ ਪੀਣ ਲੱਗਾ ਵਿੱਚ ਤੋ ਲਿਖਿਆ ਸੀ ਹਮਲਾਵਰੋਤਔਰ ਬੱਚੋ ਕੇ ਲਈ ਮੁਜ਼ਰਰ ਸਿਹਤ ਹੈ ਮੈਂ ਚਲ ਦਫਾ ਕਰੋ ਹੁਣ ਤੋ ਪੀ ਲਈ ਫਿਰ ਆਕੇ ਸੋਗੇ ਸੀ ਯੂਨੀਵਰਸਿਟੀ ਆਸਪਾਸ ਸਵੇਰ ਸੈਫ ਸਾਡਾ ਸੀਆਰ ਇਹ ਸਾਡੇ ਵੱਲ ਆ ਰਿਹਾ ਮੈਂ ਅੱਲਾ ਹੀ ਖੈਰ ਕਰੇ ਕੀ ਅੱਜ ਨਵੀਂ ਕਟਾ ਖੋਲ ਕੇ ਤੇ ਵੈਸੇ ਆ ਰਿਹਾ ਕਿ ਨਾ ਸਲਾਮ ਦਵਾ ਕਰਨ ਵਾਸਤੇ ਮੈਂ ਸਮਝ ਕੇ ਆਪਣਾ ਵੀ ਲੋਗ ਐਡ ਕਰ ਲੀਆ ਚਲ ਯਾਰ ਪਹਿਮੂ ਦੇਖ ਲਈ ਕਿਵੇਂ ਲ ਇਸ ਵਾਰ ਅਸੀਂ ਇੱਕ ਪੀਰੀਅਡ ਆਫ ਹੋਇਆ ਸੀ ਬਸ ਬੈਠੇ ਸੀ ਸਾਰੇ ਸਾਰੇ ਲੇਟ ਸੀਗੇ ਮੈਂ ਸਭੇ ਚੱਲ ਯਾਰ ਆਪਾਂ ਨੇ ਇੱਕ ਕਿ ਨਾਮ ਜਹਾਜ਼ ਬਣਾਉਣਾ ਤੇ ਮੇਰੀ ਵੀਡੀਓ ਐਡ ਕਰ ਤੇ ਮੇਰੇ ਕੋ ਟਿਕਟ ਪਈ ਸੀ ਜੀਪੀ ਜੀ ਵਜਿਨਾਂ ਕੱਲ ਜਿਹੜੇ ਬਸ ਸੇ ਬਸ ਵਾਸਤੇ ਲਈ ਸੀ ਤੇ ਅੱਪ ਉਹਦਾ ਜਹਾਜ਼ ਬਣਾ ਕੇ ਅਗਲੇ ਦਿਨ ਅਗਲੀ ਸੀਟਾ ਰਵਾਨਾ ਕਰ ਦਿੱਤਾ ਉਹ ਉੜ ਗਿਆ ਸਰ ਲੇਟ ਸਨ ਮੁੰਡੇ ਗੇਮਾ ਕੋ ਮ ਖੇਲਦੇ ਪਏ ਚਲੋ ਜਹਾਜ਼ ਦਾ ਵਲੋ ਸੈਡਨ ਹੁੰਦਾ ਹੈ ਓਕੇ ਅੱਲਾ ਹਾਫਿਜ਼ ਅਗਲੇ ਵਲੋਚ ਮਿਲਦੇ ਆਂ